ਜਿਸ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਮੈਡੀਕਲ ਵਾਲਿਆਂ ਵੱਲੋਂ ਮਾਸਕ ਅਤੇ ਸੈਨੀਟਾਈਜ਼ਰਾਂ ਦੀ ਬਲੈਕ ਕੀਤੀ ਜਾ ਰਹੀ ਹੈ ਅਤੇ 3 ਰੁਪਏ ਦਾ ਵਿਕਣ ਵਾਲਾ ਮਾਸਕ 20 ਤੋਂ 25 ਰੁਪਏ ਪ੍ਰਤੀ ਮਾਸਕ ਵਿਕ ਰਿਹਾ ਹੈ, ਜਿਸ ਨਾਲ ਦੇਸ਼ ਦੇ ਨਾਗਰਿਕਾਂ ਦੀ ਧੜੱਲੇ ਨਾਲ ਲੁੱਟ ਹੋ ਰਹੀ ਹੈ। ਬੇਸ਼ੱਕ ਸਰਕਾਰ ਵੱਲੋਂ ਮਾਸਕ ਅਤੇ ਸੈਨੀਟਾਈਜ਼ਰਾਂ ਦੇ ਰੇਟ ਫਿਕਸ ਕਰ ਦਿੱਤੇ ਹਨ, ਪਰ ਹੇਠਲੇ ਪੱਧਰ ਦੀ ਸੱਚਾਈ ਕੁਝ ਹੋ ਰਹੀ ਹੈ ਅਤੇ ਲੋਕਾਂ ਦੀ ਲੁੱਟ ਜਾਰੀ ਹੈ। ਜਿਸ ਨੂੰ ਦੇਖਦੇ ਹੋਏ ਭਦੌੜ ਦੇ ਕੁਝ ਸਮਾਜ ਸੇਵੀ ਲੋਕਾਂ ਨੇ ਗਰੀਬ ਅਤੇ ਲੋੜਵੰਦ ਲੋਕਾਂ ਲਈ 10,000 ਤੋਂ 20,000 ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਉਹਨਾਂ ਵੱਲੋਂ ਰੋਜ਼ਾਨਾ 1,000 ਮਾਸਕ ਅਤੇ ਸੈਨੀਟਾਈਜ਼ਰ ਗਰੀਬ ਅਤੇ ਲੋੜਵੰਦਾਂ ਨੂੰ ਵੰਡੇ ਜਾ ਰਹੇ ਹਨ। ਮਾਸਕ ਬਣਾਉਣ ਵਾਲੇ ਟੇਲਰ ਮਾਸਟਰ ਰਾਜੂ ਤੋਚਾ ਅਤੇ ਬੂਟਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਸਮਾਜ ਸੇਵੀ ਲੋਕਾਂ ਨੇ ਮਾਸਕ ਖਰੀਦਣ ਸੰਬੰਧੀ ਲੋਕਾਂ ਦੀ ਹੋ ਰਹੀ ਲੁੱਟ ਨੂੰ ਦੇਖਦਿਆਂ ਹੋਏ ਮਾਸਕ ਬਣਾਉਣ ਲਈ ਸਾਨੂੰ ਕਿਹਾ ਹੈ। ਇਸ ਉਪਰੰਤ ਅਸੀਂ 4 ਟੇਲਰ ਮਾਸਟਰ ਇਹਨਾਂ ਮਾਸਕਾਂ ਨੂੰ ਦਿਨ ਰਾਤ ਬਣਾ ਕੇ ਫ੍ਰੀ ਲੋਕਾਂ ਵਿੱਚ ਵੰਡ ਰਹੇ ਹਾਂ। ਅੱਜ ਜਿਹੜੀ ਵੀ ਸਾਡੇ ਦੇਸ਼ 'ਤੇ ਇਹ ਬੜੀ ਭਿਆਨਕ ਬਿਮਾਰੀ ਦਾ ਕਹਿਰ ਚੱਲ ਰਿਹਾ, ਉਹਨੂੰ ਮੱਦੇਨਜ਼ਰ ਦੇਖ ਕੇ ਪਹਿਲਾਂ ਤਾਂ ਅਸੀਂ ਆਪਣੇ ਕਸਬੇ ਦੇ ਜਿਨ੍ਹਾਂ ਨੇ ਅੱਜ ਜਨਤਾ ਕਰਫਿਊ ਨੂੰ ਬਹੁਤ ਸਹਿਯੋਗ ਕੀਤਾ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਵੀ ਪ੍ਰਸ਼ਾਸਨ ਨੂੰ ਮਤਲਬ ਕਿਹਾ ਗਿਆ ਸੀ ਉਹ, ਪਹਿਲਾਂ ਤਾਂ ਮੈਂ ਆਪਣੇ ਪੂਰੇ ਕਸਬੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਰਾ ਦਿਨ ਪੂਰਾ ਜਨਤਾ ਕਰਫਿਊ ਦਾ ਮਤਲਬ ਕੋਈ ਵੀ ਉਲੰਘਣਾ ਨਹੀਂ ਕੀਤੀ ਅਤੇ ਇਸ ਬਿਮਾਰੀ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੇ ਪੂਰਾ ਮਤਲਬ ਬੰਦ ਰੱਖ ਕੇ ਘਰਾਂ 'ਚ ਬਹਿ ਕੇ ਲੋਕਾਂ ਨੇ ਸਮਾਂ ਬਤੀਤ ਕੀਤਾ। ਅਗਲੀ ਗੱਲ ਇਹ ਹੈ ਵੀ ਸਾਨੂੰ ਸਮੇਂ-ਸਮੇਂ 'ਤੇ ਮਤਲਬ ਇਸ ਗੱਲ ਦੀ ਵੀ ਲੋੜ ਲੱਗੀ, ਭਾਵੇਂ ਸਾਰੇ ਪ੍ਰਸ਼ਾਸਨ ਵੱਲੋਂ ਹੋਰ ਜਿਹੜੇ ਇਹ ਮਤਲਬ ਮਾਸਕ ਵੰਡੇ ਜਾ ਰਹੇ ਹੈ, ਪਰ ਉਹਦੇ 'ਚ ਕੀ ਹੈ, ਉਹਦੇ 'ਚ ਸਾਡੀ ਇੱਛਾ ਇਹ ਸੀ ਵੀ ਕੋਟਨ ਦੇ ਵਧੀਆ ਢੰਗ ਨਾਲ ਬਣਾ ਕੇ, ਅੱਜ 4-5 ਮੁੰਡੇ ਅੱਜ ਲੱਗੇ ਹੋਏ ਹੈ, ਇਹਨਾਂ ਨੂੰ ਕੋਲ ਥਾਨ ਕੋਟਨ ਦੇ ਪਏ ਹੈ, ਇਹ ਵੱਡੀ ਮਾਤਰਾ 'ਚ ਤਿਆਰ ਕਰ ਰਹੇ ਹੈ, ਕੱਲ੍ਹ ਨੂੰ ਵੀ ਹੋਰ ਟੇਲਰ ਲਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਜਿੰਨੇ ਵੀ ਇਹ ਸਾਡੇ ਮੁੰਡੇ ਨਾਲ ਖੜ੍ਹੇ ਹੈ ਇਹਨਾਂ ਦੇ ਉੱਦਮ ਸਦਕਾ ਮਤਲਬ ਵੀ ਇਹ ਵੱਡੀ ਪੱਧਰ 'ਤੇ ਬਣਾ ਕੇ, ਇਹਦਾ ਟਾਰਗੇਟ ਇਹ ਹੈ ਵੀ ਸਾਡੀ ਇੱਛਾ ਵੀ ਇਹ ਘੱਟੋ ਘੱਟ 8-10,000 ਤੱਕ ਬਣਾ ਕੇ ਵੰਡਿਆ ਜਾਵੇ, ਕਿਉਂਕਿ ਕਈ ਥਾਵਾਂ 'ਤੇ ਲਾ ਕੇ ਬੂਥ ਜਿੰਨੇ ਵੀ ਉੱਥੋਂ ਦੀ ਜਾਣ ਵਾਲੇ ਆ ਲੰਘਣ ਵਾਲੇ ਆ ਹਰੇਕ ਨੂੰ ਇਹ ਦਿੱਤਾ ਜਾ ਸਕੇ। ਜੇ ਕਿਸੇ ਨੂੰ ਮਤਲਬ ਅੱਗੇ ਜੇ ਜਾਣ ਵਾਲਾ ਵੀ ਇੱਕ ਜਾਣਾ ਹੈ ਉਹਨੂੰ 2 ਘਰੇ ਲੋੜ ਆ ਤਾਂ ਵੀ ਮਤਲਬ ਕਿਸੇ ਨੂੰ ਇਹ ਨਹੀਂ ਵੀ ਤੈਨੂੰ 1 ਹੀ ਦਿੱਤਾ ਜਾਊਗਾ, ਉਹਦੀ ਲੋੜ ਮੁਤਾਬਕ ਉਹਦੀ ਲੋੜ ਪੂਰੀ ਕੀਤੀ ਜਾਊ। ਵੀ ਜਿਹੜੀ ਚੱਲ ਰਹੀ ਬਿਮਾਰੀ ਐਡੀ ਖਤਰਨਾਕ ਆ ਜੀ, ਇਹਦੇ ਵਿੱਚ ਮਾਸਕ ਦੀ ਵਰਤੋਂ ਦੇ ਨਾਲ ਕਾਫੀ ਪਰਸੈਂਟ ਤੱਕ ਮਤਲਬ ਇਹ ਬਿਮਾਰੀ ਰੁਕਦੀ ਹੈ ਜੀ, ਇਸ ਕਰਕੇ ਅਸੀਂ ਮਾਸਕ ਤਿਆਰ ਕਰ ਰਹੇ ਹਾਂ। ਠੀਕ ਹੈ ਜੀ, ਤੁਸੀਂ ਫ੍ਰੀ ਦੇ ਰਹੇ ਹੋ ਮਾਸਕ? ਇਹ ਹਾਂਜੀ ਬਿਲਕੁਲ ਫ੍ਰੀ ਜੀ। ਕਿੰਨੇ ਮਾਸਕ ਤਿਆਰ ਕਰਨੇ ਜੀ ਇਹ? 8-10,000 ਮਾਸਕ ਜੀ। ਭਦੌੜ ਤੋਂ ਰਜਿੰਦਰ ਸਿੰਘ ਦੀ ਰਿਪੋਰਟ, ਲੋਕ ਰੰਗ ਪੰਜਾਬੀ ਚੈਨਲ।